गिदड़बाहा के विधायक अमरिंदर सिंह राजावेडिंग की यत्ना सदका अम्बाला से राज्यसभा मेंबर कुमारी शैलजा के कोटे में से 23 लाख रुपए की लागत के साथ लाई गई एम्बुलेंस को आज स्थानीय सिविल हॉस्पिटल में आयोजित एक शानदार समारोह दौरान विधायक राजावेडिंग की तरफ से लोगों को समर्पित किया गया। ਸਾਲਾਂ ਤੋਂ ਜਿਹੜੀ ਡਿਮਾਂਡ ਸੀ ਗਿੱਦੜਬਾ ਦੀਆਂ ਤਮਾਮ ਉਹ ਇੱਥੋਂ ਭਾਰੂ ਤੋਂ ਲੈ ਕੇ ਇਹ ਜਾਣੀ ਹੈ ਪਿਓਰੀ ਤੱਕ ਔਰ ਇੱਥੋਂ ਹੁਸਨਰ ਤੋਂ ਲੈ ਕੇ ਲੰਬੀ ਉਹ ਫੈਕਟਰੀ ਤੱਕ ਜਾਣੀ ਹੈ ਲੰਬੀ ਫਾਟਕ ਟੱਪ ਕੇ ਪਲੱਸ ਆਹ ਜਿਹੜੀ ਸੂਏ ਦੇ ਨਾਲ ਵਾਲੀ ਜਿਹੜੀ ਰੋਡ ਹੈ ਪਲੱਸ ਉਹ ਬਾਲਮੀਕ ਮਹੱਲੇ ਕੋਲ ਜਿਹੜੀ ਸੜਕ ਹੈ ਤਮਾਮ ਪੰਜ ਸੜਕ ਹੈ ਤਕਰੀਬਨ ਜਿਹਨਾਂ ਦਾ ਅੱਜ ਮੈਂ ਉਦਘਾਟਨ ਕਰਨ ਜਾ ਰਿਹਾ 9 ਕਰੋੜ ਕੁਝ ਲੱਖ ਦਾ ਇਹ ਮੈਨੂੰ ਲੱਗਦਾ ਐਸਟੀਮੇਟ ਹੈ ਸਾਰੇ ਦਾ ਸਾਰਾ ਅਸੀਂ ਇਹਨੂੰ ਮੁਕੰਮਲ ਵਧੀਆ ਸੜਕਾਂ ਬਣਾ ਰਹੇ ਹਾਂ ਔਰ ਜਿਹੜੀ ਪੁਰਾਣੀ ਡਿਮਾਂਡ ਸੀ ਉਹ ਲੋਕਾਂ ਦੀ ਪੂਰੀ ਕੀਤੀ ਔਰ ਧੰਨਵਾਦ ਕਰਦਾ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਾ ਸ਼ਹਿਰ ਨਿਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ MLA ਬਣਾਇਆ ਅਤੇ ਮੈਨੂੰ ਇਹ ਤਾਕਤ ਦਿੱਤੀ ਤਾਂ ਜੋ ਮੈਂ ਅੱਜ ਇਹ ਵਿਕਾਸ ਦੇ ਕੰਮ ਕਰਾ ਰਿਹਾ। ਜਿੰਨਾ ਪੈਸਾ ਉਹ 10 ਸਾਲਾਂ 'ਚ ਲੈ ਕੇ ਆਏ ਉਦੋਂ 5 ਗੁਣਾ ਵੱਧ ਪੈਸਾ 5 ਗੁਣਾ ਰਾਜਾਵੜਿੰਗ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 1.5 ਸਾਲ 'ਚ ਦਿੱਤਾ 10 ਸਾਲਾਂ ਦੇ ਮੁਕਾਬਲੇ 5 ਗੁਣਾ ਵੱਧ 1.5 ਸਾਲ 'ਚ ਪੈਸਾ ਆ ਚੁੱਕਿਆ। ਜਲਦੀ ਹੀ ਸਰਕਾਰੀ ਕਾਲਜ ਦਾ ਨਿਰਮਾਣ ਕਰਾਂਗੇ ਜਦਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਪੰਜਾਬ ਇੱਥੋਂ ਦੇ ਲੀਡਰ ਹੋਏ ਇੱਥੇ ਲੜਦੇ ਰਹੇ ਆ ਕਹਿੰਦੇ ਗਿੱਦੜਬਾ ਨਾਲ ਬਹੁਤ ਪਿਆਰ ਅੱਜ ਤਾਈਂ ਸਰਕਾਰੀ ਕਾਲਜ ਨਹੀਂ ਬਣਾ ਸਕਦੇ ਮਾਲਵਾ ਤਾਂ ਬਣਾ ਲਾ ਲੇਕਿਨ ਸਰਕਾਰੀ ਕਾਲਜ ਨਹੀਂ ਬਣਾਇਆ ਪੂਰਾ ਟੈਂਡਰ 1-2 ਦਿਨਾਂ ਨੂੰ ਫਲੋਟ ਕਰ ਦਿਆਂਗੇ ਮੇਨ ਸੜਕ ਦੇ ਉੱਤੇ ਡਿਗਰੀ ਕਾਲਜ ਮੇਰੇ ਆਮ ਲੋਕਾਂ ਵਾਸਤੇ ਕੋ ਐਜੂਕੇਸ਼ਨ ਦਾ ਅਸੀਂ ਬਣਾਉਣ ਜਾ ਰਹੇ ਹਾਂ ਜਿਹੜਾ ਕਿ ਸਾਰਾ ਨਕਸ਼ਾ ਹੋ ਗਿਆ ਸਭ ਕੁਝ ਤਿਆਰ ਹੋ ਗਿਆ ਟੈਂਡਰ ਲੱਗਣਾ ਬਾਕੀ ਹੈ 2 ਮਹੀਨਿਆਂ ਨੂੰ ਹੋਰ ਨੀਂਹ ਪੱਥਰ ਰੱਖਾਂਗੇ। ਸ੍ਰੀ ਮੁਕਤਸਰ ਸਾਹਿਬ ਸੇ ਸੋਨੂ ਖੇੜਾ ਸਿਟੀ ਹੋਮ ਨਿਊਜ਼।